ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋ ਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰੂ ਖਾਲਸਾ ਗੁਰੂ ਕੀਆਂ ਸਿੱਖ ਸੰਗਤਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਦਾ ਸਦਕਾ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਣ ਦਾ ਸਦਕਾ ਗੁਰੂ ਕੀਆਂ ਸਿੱਖ ਸੰਗਤਾਂ ਦੂਰ ਦਰੇਡਿਆਂ ਤੋਂ ਦੇਸ਼ ਵਿਦੇਸ਼ਾਂ ਵਿੱਚੋਂ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਲਈ ਅਥਵਾ ਹੋਲੇ ਮਹੱਲੇ ਦਾ ਪੁਰਬ ਮਨਾਉਣ ਲਈ ਦੂਰਾਂ ਦਰੇਡਿਆਂ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਤਖ਼ਤ ਸਾਹਿਬ ਜੀ 'ਤੇ ਗੁਰੂ ਕੀ ਬਾਣੀ ਦੇ ਨਿਤਨੇਮ ਹੋਏ ਉਪਰੰਤ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰੂ ਦੀ ਬਖਸ਼ਿਸ਼ ਨਾਲ ਮਹਾਨ ਕੀਰਤਨ ਦੇ ਰਸ ਭਿੰਨੇ ਗਾਇਨ ਹੋਏ ਹਨ, ਸੰਗਤਾਂ ਲਾਹਾ ਲੈ ਰਹੀਆਂ ਹਨ। ਆਓ ਸਤਸੰਗ ਜੀ, ਅੱਜ ਦਾ ਜੋ ਮਹਾਨ ਪਵਿੱਤਰ ਦਿਹਾੜਾ ਹੈ ਇਹਦੇ ਸੰਬੰਧ ਵਿੱਚ ਵੀ ਕੁਝ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀਆਂ ਕਰਾਂਗੇ ਅਤੇ ਨਾਲ ਨਾਲ ਜੋ ਸਤਿਗੁਰੂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਸਾਂਝੀ ਕਰਨ ਦਾ ਹੁਕਮ ਹੋਇਆ ਹੈ। ਸਤਿਸੰਗ ਜੀ, ਬਹੁਤ ਸਾਰੀਆਂ ਸਿੱਖ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਬੇਨਤੀ ਕਰਨ ਵਾਸਤੇ ਆਈਆਂ। ਜੋ ਗੁਰੂ ਕਾ ਨਾਮ ਜਪਣ ਵਾਲੇ ਸਿਮਰਨ ਭਗਤੀ ਵਾਲੇ ਗੁਰਮੁਖ ਪਿਆਰੇ ਵੀ ਸਨ,
ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਜੀ ਮਨੁੱਖ ਦੀਆਂ ਬਹੁਤ ਇੱਛਾਵਾਂ ਹੁੰਦੀਆਂ ਹਨ, ਉਹਨਾਂ ਇੱਛਾ ਦੀ ਪੂਰਤੀ ਵਾਸਤੇ ਪ੍ਰਾਤਨ ਸਮਿਆਂ ਦੇ ਵਿੱਚ ਦੇਵਤਿਆਂ ਦੇ ਸਮੇਂ ਜੱਗ ਕੀਤੇ ਗਏ, ਹਵਨ ਕੀਤੇ ਗਏ ਅਤੇ ਬਹੁਤ ਘਾਲਣਾ ਤੋਂ ਬਾਅਦ ਉਹਨਾਂ ਨੇ ਕਾਮ ਧੇਨ ਗਊ ਨੂੰ ਵਸ ਕਰ ਲਿਆ ਜਾਂ ਪਾਰ ਜਾਤ ਰੁੱਖ ਸੋ ਉਸ ਨੂੰ ਵਸ ਕਰ ਲਿਆ। ਜੋ ਮਨੋ ਕਲਪਤ ਜਿੰਨੀਆਂ ਵੀ ਇੱਛਾ ਹੁੰਦੀਆਂ ਹਨ ਉਹਨਾਂ ਦੀ ਪੂਰਤੀ ਨੂੰ ਸਮਰੱਥ ਹੁੰਦਾ ਹੈ। ਗੁਰਸਿੱਖਾਂ ਨੂੰ ਕੀ ਕਰਨਾ ਚਾਹੀਦਾ? ਮਹਾਰਾਜ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਗੁਰਸਿੱਖਾਂ ਦੀ ਕਾਮ ਧੇਨ ਸੰਗਤ ਹੈ। ਜਿਹੜਾ ਗੁਰੂ ਕਾ ਸਿੱਖ ਸੰਗਤ ਵਿੱਚ ਆਉਂਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਸੰਗਤ ਵਿੱਚ ਜੁੜ ਕੇ ਨਾਮ ਜਪਦਾ ਹੈ, ਉਹੀ ਕਾਮ ਧੇਨ ਨੂੰ ਵਸ ਕਰ ਲੈਂਦਾ ਹੈ। ਇਹਦਾ ਬੜਾ ਲੰਮਾ ਇਤਿਹਾਸ ਹੈ ਕਿ ਵਿਸ਼ਵਾਮਿੱਤਰ ਨੇ ਵਿਸ਼ਿਸ਼ਟ ਮੁਨੀ ਦੇ ਪਾਸ ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ ਸਨ, ਪਰ ਵਿਸ਼ਿਸ਼ਟ ਮੁਨੀ ਦੀ ਜੋ ਬੜੀ ਵੱਡੀ ਭਗਤੀ ਸੀ, ਦਸਮ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਬਚਨਾਂ ਨੂੰ ਵਰਣਨ ਕਰਦੇ ਹਨ। ਪਰ ਜੋ ਵਿਸ਼ਵਾਮਿੱਤਰ ਦੀ ਦੁਬਾਰ ਨਾ ਗਈ ਅਤੇ ਫਿਰ ਵੇਖਿਆ ਕਿ ਮੇਰੇ ਪਾਸ ਇੰਨਾ ਰਾਜਸਾਜ ਹੈ ਅਤੇ ਇਹ ਇੱਕ ਰਿਸ਼ੀ ਹੈ, ਅਤੇ ਫਿਰ ਉਸਨੂੰ ਪੁੱਛਿਆ ਕਿ ਇਹ ਸਭ ਕੁਝ ਕਿਵੇਂ ਪ੍ਰਾਪਤ ਹੋਇਆ? ਉਹਨੇ ਕਿਹਾ ਇਹ ਪ੍ਰਭੂ ਭਗਤੀ ਦੇ ਨਾਲ ਸਭ ਕੁਝ ਹੋਇਆ ਹੈ। ਅਤੇ ਫਿਰ ਰਾਜਸਾਜ ਛੱਡ ਕੇ ਪ੍ਰਭੂ ਭਗਤੀ ਵੱਲ ਤੁਰ ਪਿਆ ਸੀ। ਇਹ ਸੰਖੇਪ ਵਿੱਚ ਬੇਨਤੀ ਕਰਾਂ ਸਤਿਸੰਗ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਹੋ ਸਕਦਾ ਹੈ ਕਾਮ ਧੇਨ ਤੋਂ ਤਾਂ ਉਹ ਗੱਲਾਂ ਨਾ ਪੂਰੀਆਂ ਹੋ ਸਕਣ ਜਿਹੜੀਆਂ ਗੁਰੂ ਕੀ ਬਾਣੀ, ਗੁਰੂ ਕੀ ਸੰਗਤ ਜਿਹੜੀ ਹੈ ਉਹ ਪੂਰਤੀ ਕਰ ਸਕਦੀ ਹੈ। ਇਸ ਵਾਸਤੇ ਗੁਰਸਿੱਖਾਂ ਨੂੰ ਇੱਧਰ ਉੱਧਰ ਦੇ ਖਿਆਲ ਛੱਡ ਕੇ ਗੁਰੂ ਕੀ ਸੰਗਤ ਵਿੱਚ ਸੱਜ ਕੇ ਕੇਵਲ ਅਤੇ ਕੇਵਲ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਨਾ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਕਹਿੰਦੇ ਇਹ ਤੋਂ ਪਾਸੇ ਨਹੀਂ ਜਾਣ, ਇਹ ਪ੍ਰਗਟ ਦੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਅਸੀਂ ਰੋਜ਼ ਅਰਦਾਸ ਵਿੱਚ ਇਹ ਬਚਨ ਉਚਾਰ ਕੇ ਅਤੇ ਸਤਿਗੁਰੂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲੀ ਉਹ ਗੁਰੂ ਕੀ ਬਾਣੀ ਹੈ, ਗੁਰੂ ਕਾ ਨਾਮ ਹੈ। ਕਿੰਨੇ ਤਰ੍ਹਾਂ ਦੀ ਇੱਛਾ? ਸਤਿਗੁਰੂ ਪਾਤਸ਼ਾਹ ਜੀ ਤੋਂ ਪੁੱਛਿਆ ਮਹਾਰਾਜ ਬੇਅੰਤਰਾਂ ਦੀ ਇੱਛਾ ਹੈ। ਕਹਿੰਦੇ ਭਾਈ ਮੁੱਖ ਤੌਰ 'ਤੇ ਚਾਰ ਤਰ੍ਹਾਂ ਦੀ ਇੱਛਾ ਹੁੰਦੀ ਹੈ, ਚਾਰ ਤਰ੍ਹਾਂ ਦੀ। ਸਭ ਤੋਂ ਪਹਿਲਾਂ ਇੱਛਾ ਹੁੰਦੀ ਹੈ ਕਿ ਮੇਰੇ ਕਿਸੇ ਕਾਰਜ ਵਿੱਚ ਵਿਘਨ ਨਾ ਪਵੇ, ਰੁਕਾਵਟ ਨਾ ਪਵੇ, ਪਹਿਲੀ ਇੱਛਾ ਇਹ ਹੈ। ਅਤੇ ਦੂਸਰੀ ਇੱਛਾ ਇਹ ਹੈ ਕਿ ਮੇਰੀ ਪ੍ਰਸਿੱਧੀ ਹੋਵੇ, ਮੇਰਾ ਦੁਨੀਆਂ ਦੇ ਵਿੱਚ ਜਸ ਹੋਵੇ, ਨਾਮ ਹੋਵੇ ਮੇਰਾ, ਇਹ ਹੈ। ਅਤੇ ਫਿਰ ਇਹ ਵੀ ਇੱਛਾ ਹੈ ਕਿ ਮੇਰੇ ਕੋਲ ਪਦਾਰਥਾਂ ਦੀ ਕਮੀ ਨਾ ਹੋਵੇ। ਅਤੇ ਫਿਰ ਚੌਥੀ ਇੱਛਾ ਕੀ ਹੈ? ਵੀ ਮੈਨੂੰ ਮੋਖ ਮੁਕਤੀ ਮਿਲ ਜਾਵੇ, ਇਹ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਸਤਿਗੁਰੂ ਸਾਡੇ 'ਤੇ ਮਿਹਰ ਕਰਨ, ਕਿਰਪਾ ਕਰਨ, ਅਤੇ ਫਿਰ ਸਾਨੂੰ ਮੁਕਤੀ ਵੀ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਇਆ ਕਿ ਭਾਈ ਇਹ ਇੱਛਾ, ਕਿਉਂਕਿ ਮਨੁੱਖ ਦੇ ਫੁਰਨੇ ਤੋਂ ਇੱਛਾ ਪੈਦਾ ਹੁੰਦੀ ਹੈ, ਇੱਛਾ ਸ਼ੁੱਭ ਵੀ ਹੁੰਦੀਆਂ ਅਤੇ ਅਸ਼ੁੱਭ ਵੀ ਹੁੰਦੀਆਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੋ ਜਿਹੀ ਇੱਛਾ ਧਾਰ ਕੇ ਕੋਈ ਗੁਰੂ ਕੇ ਦੁਆਰੇ 'ਤੇ ਆਉਂਦਾ, ਸਤਿਗੁਰੂ ਜੀ ਪੂਰਤੀ 'ਤੇ ਕਰ ਦਿੰਦੇ ਨੇ। ਪਰ ਜਿਹੜੀ ਸ਼ੁੱਭ ਇੱਛਾ ਹੈ ਉਹ ਜੀਵਨ ਦੇ ਵਿੱਚ, ਜੀਵਨ ਤੋਂ ਬਾਅਦ ਵੀ ਸੁਖਦਾਇਕ ਉਹ ਇੱਛਾ ਹੁੰਦੀ ਹੈ। ਪਰ ਜਿਹੜੀ ਬੁਰੀ ਇੱਛਾ ਹੈ, ਬੁਰੀ ਭਾਵਨਾ ਨਾਲ ਉਤਪੰਨ ਹੋਈ ਇੱਛਾ ਹੈ, ਉਹ ਦੁਖਦਾਈ ਹੁੰਦੀ ਹੈ। ਸਤਿਸੰਗ ਜੀ ਇਸੇ ਸਥਾਨ 'ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਸੀ, ਗੁਰੂ ਘਰ ਲਾਹੌਰ ਵਸਾਇਆ ਗਿਆ, ਸਤਿਕਾਰਯੋਗ ਮਾਤਾ ਜੀਤੋ ਜੀ ਨਾਲ ਮਹਾਰਾਜ ਜੀ ਦਾ ਆਨੰਦ ਕਾਰਜ ਹੋਣਾ ਸੀ,
ਤੇ ਬਹੁਤ ਜਦੋਂ ਇੱਕ ਸ਼ਹਿਰ ਹੀ ਨਵਾਂ ਵਸਾ ਦਿੱਤਾ ਸੀ ਤੇ ਬੜਾ ਭਾਰੀ ਸੰਗਤਾਂ ਦਾ ਇਕੱਠ ਤੇ ਉਸ ਇਕੱਠ ਵਿੱਚ ਇੱਕ ਜੇਬ ਕਤਰਾ ਆਇਆ ਜੇਬ ਕਤਰਾ ਤੇ ਉਹਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਇੱਛਾ ਧਾਰ ਕੇ ਅਰਦਾਸ ਕੀਤੀ ਮਹਾਰਾਜ ਮੈਂ ਤਿੰਨ ਚੋਰੀਆਂ ਕਰਾਂ ਮੇਰੀਆਂ ਪ੍ਰਗਟ ਨਾ ਹੋਣ ਉਸ ਤੋਂ ਬਾਅਦ ਕਦੇ ਨਹੀਂ ਕਰਾਂਗਾ ਦੇਖੋ ਕਿਹੋ ਜਿਹੀਆਂ ਇੱਛਾ ਅਸੀਂ ਤੇ ਉਹਨੇ ਤੇ ਪ੍ਰਗਟ ਕਰ ਦਿੱਤੀ ਨਾ ਸਾਡੇ ਮਨ ਤੇ ਇਦੂ ਜ਼ਿਆਦਾ ਚੋਰ ਨੇ ਪਤਾ ਨਹੀਂ ਕਿਹੋ ਜਿਹੀਆਂ ਇੱਛਾ ਧਾਰ ਲੈਂਦੇ ਨੇ ਪਰ ਸਤਿਗੁਰੂ ਜੀ ਫਲ ਦੱਸਦੇ ਨੇ ਉਹਨੇ ਤਿੰਨ ਚੋਰੀਆਂ ਤਿੰਨ ਗੁਰਸਿੱਖਾਂ ਦੇ ਖੀਸੇ ਕੱਟ ਲਏ ਵਾਰੀ ਵਾਰੀ ਸਤਿਗੁਰੂ ਦੇ ਦਰ ਤੇ ਆਏ ਵੀ ਮਹਾਰਾਜ ਜੀ ਸਾਡਾ ਪਰਸ ਚੋਰੀ ਹੋ ਗਿਆ ਪੈਸੇ ਚੋਰੀ ਹੋ ਗਏ ਮਹਾਰਾਜ ਕਹਿੰਦੇ ਬਹਿ ਜਾਓ ਭਾਈ ਬਿਠਾ ਲਏ ਫਿਰ ਦੂਜਾ ਆਇਆ ਤੀਸਰਾ ਆਇਆ ਫਿਰ ਚੌਥਾ ਵੀ ਆ ਗਿਆ ਜਦੋਂ ਚੌਥਾ ਆਇਆ ਮਹਾਰਾਜ ਕਹਿੰਦੇ ਭਾਈ ਨੇ ਅਰਦਾਸ ਕੀਤੀ ਸੀ ਕਿ ਮੈਂ ਤਿੰਨ ਤੋਂ ਬਾਅਦ ਦੁਬਾਰਾ ਨਹੀਂ ਕਰਾਂਗਾ ਤੇ ਫਿਰ ਆਪਣੇ ਪਿਆਰੇ ਗੁਰਸਿੱਖਾਂ ਨੂੰ ਭੇਜਿਆ ਕਿ ਜਾਓ ਭਾਈ ਉਹਦੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਕਿ ਇਹੋ ਜਿਹੇ ਕੱਪੜੇ ਨੇ ਇਹੋ ਜਿਹੀ ਧੋਤੀ ਪਾਈ ਤਿਲਕ ਲਾਇਆ ਹੋਇਆ ਤੇ ਉਸ ਆਦਮੀ ਨੂੰ ਫੜ ਕੇ ਲਿਆਓ ਫੜ ਲਿਆਂਦਾ ਤੇ ਫਿਰ ਉਸ ਨੂੰ ਪੁੱਛਿਆ ਗਿਆ ਉਹਦੀ ਤਲਾਸ਼ੀ ਲਈ ਤੇ ਸਾਰੇ ਸਿੱਖਾਂ ਦੇ ਜੋ ਖੀਸੇ ਕੱਟੇ ਸਾਨੂੰ ਪੈਸੇ ਮਾਇਆ ਮਿਲ ਗਈ ਉਹ ਗੁਰਸਿੱਖਾਂ ਨੂੰ ਦਵਾ ਦਿੱਤੀ ਤੇ ਮਹਾਰਾਜ ਚੋਰ ਦਾ ਕੀ ਕਰਨਾ ਹੈ ਮਹਾਰਾਜ ਕਹਿੰਦੇ ਇਹਨੂੰ ਵੀ ਸਮਝਾਉਣੇ ਆ ਉਹ ਸਿੱਖਿਆ ਤੇ ਮਹਾਰਾਜ ਨੇ ਸਾਨੂੰ ਦੇਣੀ ਸੀ ਸਭ ਨੂੰ ਹੀ ਉਹਨੂੰ ਸਮਝਾਇਆ ਕਿ ਭਾਈ ਜਦੋਂ ਏਡੇ ਵੱਡੇ ਕੁੰਭ ਤੇ ਆਓ ਨਾ ਉਦੋਂ ਸੁਭ ਇੱਛਾ ਰੱਖੋ ਉਦੋਂ ਮਨ ਦੀਆਂ ਮੰਦ ਵਾਸ਼ਨਾ ਦੀ ਇੱਛਾ ਨਾ ਰੱਖੋ ਤੇ ਫਿਰ ਦੋ ਦੇਖ ਤੋਂ ਕਿਹਾ ਕਿ ਮੈਂ ਤਿੰਨ ਚੋਰੀਆਂ ਕਰਾਂ ਫਿਰ ਨਹੀਂ ਕਰਾਂਗਾ ਇਹ ਕਿਤੇ ਲਾਲਸਾ ਮਿਟਦੀ ਆ ਕਿਤੇ ਫਿਰ ਕਿਹੜਾ ਤੇਰੀ ਲਾਲਸਾ ਮਿਟ ਗਈ ਤੇ ਗੁਰਸਿੱਖਾਂ ਨੇ ਆਉਂਦਿਆਂ ਆਉਂਦਿਆਂ ਡਾਨਵੀਂ ਦੇ ਦਿੱਤਾ ਤੇ ਕਹਿੰਦੇ ਭਾਈ ਹੁਣ ਇਹਨੂੰ ਛੱਡ ਦਿਓ ਉਹਨੇ ਪਰਨ ਕੀਤਾ ਸਤਿਗੁਰੂ ਗਾਂਹ ਵਾਸਤੇ ਨਹੀਂ ਕਰਾਂਗਾ ਭਾਵ ਕਹਿਣ ਤੋਂ ਕਿ ਇਹੋ ਜਿਹੀਆਂ ਇੱਛਾ ਵਾਲੇ ਵੀ ਮੇਲਿਆਂ ਵਿੱਚ ਆਉਂਦੇ ਨੇ ਦੰਨ ਵੀ ਮਿਲ ਜਾਂਦਾ ਹੈ ਪਰ ਜਿਹੜੇ ਗੁਰੂ ਕੇ ਸਿੱਖ ਹੈ ਉਹ ਤੇ ਭਾਈ ਇੱਛਾ ਧਾਰ ਕੇ ਆਉਂਦੇ ਆ ਕਿ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰੋ ਕਿਰਪਾ ਕਰੋ ਸਾਡੇ ਮਨ ਅੰਦਰ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਵੇ ਸਾਨੂੰ ਸਿੱਖੀ ਦੀ ਦਾਤ ਪਰਪੱਕਤਾ ਨਾਲ ਮਿਲ ਜਾਵੇ ਸਾਡਾ ਪਰਿਵਾਰ ਨਿਤਨੇਮੀ ਹੋਵੇ ਮਹਾਰਾਜ ਸੰਗੀ ਸਾਥੀ ਸਾਨੂੰ ਇਹੋ ਜਿਹੇ ਮਿਲਣ ਜਿਹੜੇ ਗੁਰੂ ਘਰ ਦੇ ਪ੍ਰੇਮੀ ਹੋਣ ਇਹੋ ਜਿਹੀਆਂ ਇੱਛਾ ਧਾਰ ਕੇ ਗੁਰੂ ਕੇ ਸਿੱਖ ਆਉਂਦੇ ਨੇ ਸਤਿਗੁਰੂ ਦੀ ਜ਼ਿਕਰ ਕਰਦੇ ਨੇ ਕਿ ਆਓ ਭਾਈ ਤੁਹਾਨੂੰ ਦੱਸੀਏ ਕਿ ਇੱਛਾ ਦੀ ਪੂਰਤੀ ਕਿਉਂਕਿ ਇੱਛਾ ਤਾਂ ਸਭ ਦੀਆਂ ਹੀ ਹਨ ਕਿਸੇ ਦੀ ਕੋਈ ਇੱਛਾ ਹੈ ਕਿਸੇ ਦੀ ਕੋਈ ਇੱਛਾ ਹੈ ਨਿਰਸ਼ਿਤ ਕੋਈ ਨਹੀਂ ਹੈ ਜਿਹੜੇ ਨਾਮ ਜਪ ਜਪ ਕੇ ਭਾਈ ਜਿਨ੍ਹਾਂ ਦਾ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦਾ ਸਿਮਰਨ ਚੱਲ ਪਿਆ ਉਹਨਾਂ ਦੀ ਤਾਂ ਫਿਰ ਇੱਛਾ ਖਤਮ ਹੋ ਗਈ ਨਾ ਇਸ ਵਾਸਤੇ ਮਨ ਦੀ ਆਸਾ ਮਨ ਦੀ ਇੱਛਾ ਮਨ ਦੇ ਫੁਰਨੇ ਕਿਵੇਂ ਪੂਰੇ ਹੁੰਦੇ ਨੇ ਤੇ ਕਿਵੇਂ ਉਹ ਸ਼ੁੱਧ ਹੋ ਸਕਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਧੰਨਾਸਰੀ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨਾਸਰੀ ਰਾਗ ਦੇ ਵਿੱਚ ਆਪ ਕਿਰਪਾ ਕਰ ਰਹੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਹ ਜਿਹੜਾ ਪਰਮਾਤਮਾ ਹੈ ਉਹ ਸਭ ਦੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ ਕਿਵੇਂ ਪੂਰੀਆਂ ਕਰਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇਹੀ ਇੱਛਾ ਸੀ ਨਾ ਤੇ ਫਿਰ ਇੱਛਾ ਕਿਵੇਂ ਪੂਰਤੀ ਹੁੰਦੀ ਹੈ ਇੱਛਾ ਪੂਰਤੀ ਹੁੰਦੀ ਵਿਘਨ ਬਨਾਸਣ ਸਭ ਦੁੱਖ ਨਾਸਣ ਸਤਿਗੁਰ ਨਾਮ ਦ੍ਰਿੜਾਇਆ ਕੋਏ ਪਾਪ ਭਏ ਸਭ ਪਾਵਣ ਜਨ ਨਾਨਕ ਸੁਖ ਘਰ ਆਇਆ ਹਜ਼ੂਰ ਕਹਿੰਦੇ ਭਾਈ ਉਹ ਹਰੀ ਪਰਮਾਤਮਾ ਹੈ ਉਹ ਮਨੁੱਖ ਦੀਆਂ ਸਾਰੀਆਂ ਇੱਛਾ ਮੇਟ ਕੇ ਉਹ ਪਰਮਾਤਮਾ ਵਿੱਚ ਭੇਦ ਕਰਨ ਦੀ ਇੱਛਾ ਵੀ ਪੂਰੀ ਕਰ ਦਿੰਦਾ ਹੈ ਜਾ ਕੇ ਵਸ ਹੈ ਕਾਮ ਧੇਨਾ ਕਹਿੰਦੇ ਭਾਈ ਇੱਕ ਦੇਵਤਿਆਂ ਦੀ ਗਾਂ ਕਾਮ ਧੇਨ ਮੰਨੀ ਗਈ ਹੈ ਪਰ ਸਤਿਗੁਰੂ ਦੇ ਵਸ ਕਿਹੜੀ ਕਾਮ ਧੇਨ ਹੈ ਕਹਿੰਦੇ ਉਹ ਗੁਰੂ ਕੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਗੁਰੂ ਕੀ ਸੰਗਤ ਵਿੱਚ ਆਪ ਪ੍ਰਭੂ ਵਸਦਾ ਹੈ
ਤੇ ਇਹ ਕਾਮ ਧੇਨ ਹੈ ਗੁਰੂ ਕੇ ਸਿੱਖਾਂ ਦੀ ਜਿਹੜੀ ਗੁਰੂ ਕੀ ਸੰਗਤ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀ ਆੜੇ। ਤੇ ਫਿਰ ਸੰਗਤ ਦੱਸਿਆ ਨਾ, ਸੰਗਤ ਕਿਹੋ ਜੀ ਹੁੰਦੀ ਆ ਭਾਈ? ਕਿਸੇ ਇਕੱਠ ਨੂੰ ਨੀ ਸੰਗਤ ਕਿਹਾ ਜਾ ਸਕਦਾ। ਜੇ ਸਤਿਗੁਰ ਤੈ ਸਤਸੰਗ ਬਣਾਈ, ਉੱਥੇ ਭਾਈ ਸੰਗਤ ਹੈ। ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਿਖਾਣੀਐ, ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਵੇ। ਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਫਿਰ ਜੇ ਇੱਛਾ ਪੂਰੀ ਕਰਨੀ ਹੈ ਤੇ ਇਹ ਗੁਰੂ ਕਾ ਦਰ ਹੈ, ਗੁਰੂ ਕੇ ਦਰ ਤੇ ਜੁੜੀ ਹੋਈ ਸੰਗਤ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਭਾਈ ਤੇ ਜੇ ਐਸਾ ਫਿਰ ਐਸੇ ਪ੍ਰਭੂ ਨੂੰ ਆਰਾਧਨਾ ਕਰ, ਉਹਦਾ ਸਿਮਰਨ ਕਰ। ਕਹਿੰਦੇ ਭਾਈ ਕਿਵੇਂ ਜੀ ਅੜੇ? ਕਹਿੰਦੇ ਆਪਣੇ ਹਿਰਦੇ ਵਿੱਚ। ਇਹ ਨਹੀਂ ਕਿ ਕੇਵਲ ਵਿਖਾਵੇ ਦਾ ਹੀ ਨਹੀਂ ਭਾਈ, ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ, ਹਿਰਦੇ ਚ ਕਿਵੇਂ ਵਸੇਗਾ ਭਾਈ? ਇਹ ਕੇਵਲ ਗੱਲਾਂ ਦਾ ਸਾਧ ਸੰਗ ਜੀ ਵਿਸ਼ਾ ਨਹੀਂ ਆ। ਕਿਵੇਂ ਨਾਮ ਵਸੇਗਾ? ਨਾਮ ਵਸੇਗਾ ਜਿਵੇਂ ਮਹਾਰਾਜ ਨੇ ਨਾਮ ਤੇ ਪਹਿਲਾਂ ਹੀ ਵਸਿਆ ਹੋਇਆ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਇਹ ਹਿਰਦੇ ਦੇ ਵਿੱਚ ਨਾਮ ਤੇ ਵਸਦਾ ਹੀ ਹੈ, ਸਿਰਫ ਉਸ ਨਾਮ ਦੀ ਪ੍ਰਾਪਤੀ ਕਰਨੀ ਹੈ, ਉਸ ਨਾਮ ਨੂੰ ਦੇਖਣਾ ਹੈ, ਉਸ ਨਾਮ ਨੂੰ ਵਰਤਣਾ ਹੈ, ਉਹਦੇ ਤੱਕ ਪਹੁੰਚਣਾ ਹੈ। ਪਹੁੰਚਣਾ ਕਿਵੇਂ ਹੈ ਭਾਈ? ਸਤਿਗੁਰ ਪਾਤਸ਼ਾਹ ਜੀ ਫਰਮਾਉਂਦੇ ਹੈ ਜਿਵੇਂ ਜੋ ਹਜ਼ੂਰ ਦਾ ਹੁਕਮ ਹੈ ਨਾ ਕਿ ਸਾਰੀ ਲੱਕੜੀ ਦੇ ਵਿੱਚ ਬਸੰਤਰ ਹੈ, ਸਾਰੇ ਦੁੱਧ ਦੇ ਵਿੱਚ ਘਿਓ ਹੈ, ਧਰਤੀ ਵਿੱਚ ਪਾਣੀ ਹੈ, ਤੇ ਪਰ ਉਹਦੇ ਵਿੱਚੋਂ ਪ੍ਰਾਪਤੀ ਲਈ ਯਤਨ ਕਰਨੇ ਪੈਂਦੇ ਨੇ। ਜਿਵੇਂ ਧਰਤੀ ਵਿੱਚ ਪਾਣੀ ਹੈ ਨਾ, ਤੇ ਪਰ ਮਨੁੱਖ ਜਾਂਚ ਤੋਂ ਬਿਨਾਂ ਪਿਆਸਾ ਮਰ ਜਾਂਦਾ ਹੈ। ਤੇ ਜੇ ਉਹਨੂੰ ਜਾਂਚ ਹੋਵੇ, ਖੂਹ ਲਵਾਉਣ ਦੀ ਜਾਂਚ ਹੋਵੇ, ਨਲਕਾ ਲਵਾਉਣ ਦੀ ਜਾਂਚ ਹੋਵੇ, ਤੇ ਫਿਰ ਉਹ ਨਲਕਾ ਲਾ ਲੈਂਦਾ ਹੈ, ਤੇ ਨਲਕਾ ਵੀ ਲਾ ਲਵੇ ਤੇ ਫਿਰ ਜਾਂਚ ਨਾ ਹੋਵੇ ਵੀ ਇਹਦੇ ਚੋਂ ਪਾਣੀ ਕਿਵੇਂ ਕੱਢਣਾ ਹੈ। ਤੇ ਫਿਰ ਉਹ ਸਿਆਣਾ ਬੰਦਾ ਜਿਹੜਾ ਸਮਝਦਾਰ ਹੈ, ਉਹਦਾ ਮਿਸਤਰੀ ਹੈ, ਕਾਰੀਗਰ ਹੈ, ਉਹ ਦੱਸ ਦਿੰਦਾ ਭਾਈ ਪਾਣੀ ਦੀ ਲਿਆਓ ਬਾਲਟੀ ਪਹਿਲਾਂ। ਤੇ ਉਹ ਮਨੁੱਖ ਕਹਿੰਦਾ ਵੀ ਜੇ ਪਾਣੀ ਸਾਡੇ ਕੋਲ ਹੁੰਦਾ ਤੇ ਫਿਰ ਨਲਕੇ ਦੀ ਕੀ ਲੋੜ ਸੀ? ਆਪਾਂ ਕਹਿੰਦੇ ਆ ਨਾ ਜੇ ਹਿਰਦੇ ਚ ਨਾਮ ਹੈਗਾ ਤੇ ਫਿਰ ਬਾਹਰੋਂ ਜਪਣ ਦੀ ਕੀ ਲੋੜ ਹੈ? ਉਹ ਕਹਿੰਦਾ ਮੇਰੇ ਕੋਲ ਪਾਣੀ ਹੈ ਨੀ, ਤਾਂ ਹੀ ਤੇ ਪਿਆਸਿਆਂ ਨੇ ਇਹ ਨਲਕਾ ਲਵਾਇਆ। ਤੇ ਹੁਣ ਦੱਸੋ ਪਾਣੀ ਕਿੱਥੋਂ ਲਿਆਈਏ? ਪਾਣੀ ਦੀ ਤਾਂ ਜ਼ਰੂਰਤ ਹੈ। ਉਹ ਕਹਿੰਦੇ ਨਹੀਂ ਭਾਈ, ਇਹ ਮਨੁੱਖਾ ਜਨਮ ਜਿਹੜਾ ਹੈ ਇਹ ਅਕਾਲ ਪੁਰਖ ਨੇ ਨਲਕਾ ਲਾਇਆ ਭਾਈ, ਇਹਦੇ ਵਿੱਚ ਪਰਮਾਤਮਾ ਦਾ ਨਾਮ ਰੱਖਿਆ ਸਤਿਗੁਰੂ ਨੇ। ਤੇ ਫਿਰ ਜਾਂਚ ਦੱਸੀ ਗੁਰਸਿੱਖਾਂ ਨੂੰ, ਜਿਵੇਂ ਉਹਨੇ ਕਿਹਾ ਲਿਆ ਭਾਈ ਪਾਣੀ ਦੀ ਬਾਲਟੀ, ਲਿਆਂਦਾ ਪਾਣੀ ਮੰਗ ਕੇ ਲਿਆਂਦਾ, ਤੇ ਉਹਦੇ ਨਲਕੇ ਦੇ ਮੂੰਹ ਵਿੱਚ ਹੱਥ ਰੱਖ ਕੇ ਪਾਣੀ ਪਾ ਦਿੱਤੀ ਬਾਲਟੀ, ਤੇ ਫਿਰ ਮੂੰਹ ਬੰਦ ਕਰ ਦਿੱਤਾ। ਫਿਰ ਸਹਿਜੇ ਸਹਿਜੇ ਨਲਕਾ ਗੇੜਿਆ, ਗੇੜਦਿਆਂ ਕਹਿੰਦੇ ਭਾਈ ਕੀ ਹੋਏਗਾ? ਕਹਿੰਦੇ ਭਾਈ ਆਪੇ ਜਦੋਂ ਇਹ ਉੱਪਰਲਾ ਪਾਣੀ ਥੱਲੇ ਵਾਲੇ ਪਾਣੀ ਨੂੰ ਫੜ ਲਏਗਾ ਨਾ, ਤੇ ਨਲਕੇ ਦੀ ਹੱਥੀ ਭਾਰੀ ਹੋ ਜਾਏਗੀ। ਤੇ ਫਿਰ ਕਹਿੰਦੇ ਭਾਈ ਇਹ ਕਿਵੇਂ ਵਾਪਰੇਗਾ? ਕਹਿੰਦੇ ਇਹਦੇ ਵਿੱਚ ਬੋਕੀ ਹੈ, ਇਹਦੇ ਵਿੱਚ ਵਾਲ ਪਾਇਆ ਗਿਆ ਹੈ, ਜਦੋਂ ਗੇੜਦੇ ਆ ਉਹ ਅੰਦਰਲੀ ਹਵਾ ਬਾਹਰ ਕੱਢਦਾ ਹੈ, ਤੇ ਜਦੋਂ ਉੱਪਰ ਨੂੰ ਚੁੱਕਦੇ ਆ ਤੇ ਵਾਲ ਥੱਲੇ ਲੱਗ ਜਾਂਦਾ, ਉੱਪਰਲੀ ਹਵਾ ਅੰਦਰ ਨਹੀਂ ਜਾਣ ਦਿੰਦਾ। ਇਸ ਤਰ੍ਹਾਂ ਭਾਈ ਪਾਣੀ ਦੀ ਪ੍ਰਾਪਤੀ ਹੋ ਜਾਂਦੀ, ਪਾਣੀ ਜਦੋਂ ਫੜ ਲੈਂਦਾ ਪਾਣੀ ਨਿਕਲ ਆਉਂਦਾ ਹੈ, ਤੇ ਉਹ ਕਈ ਬਾਲਟੀਆਂ ਭਰ ਕੇ ਡੋਲ ਦਿੰਦਾ, ਪਰਿਵਾਰ ਨੂੰ ਕਹਿੰਦਾ ਲੈ ਭਾਈ ਹੁਣ ਜਿੰਨਾ ਮਰਜ਼ੀ ਪਾਣੀ ਵਰਤੀ ਜਾਇਓ, ਬਹੁਤ ਪਾਣੀ ਇਹਦੇ 'ਚ। ਇਸੇ ਤਰ੍ਹਾਂ ਗੁਰੂ ਕੇ ਸਿੱਖ, ਇਹ ਭਾਈ ਸਰੀਰ ਸਾਡਾ ਨਲਕਾ ਹੈ, ਤੇ ਇਹਦੇ ਵਿੱਚ ਲਵਾ ਲਵ ਪਰਮਾਤਮਾ ਦਾ ਨਾਮ ਭਰਿਆ ਹੋਇਆ ਹੈ। ਤੇ ਗੁਰੂ ਕੇ ਸਿੱਖ ਕਹਿੰਦੇ ਭਾਈ ਆਪਣੇ ਰਸਨਾ ਦੇ ਨਾਲ ਜਿਹੜਾ ਸਾਡਾ ਇਹ ਨਲਕੇ ਦਾ ਮੂੰਹ ਹੈ ਨਾ, ਇਹਦੇ ਵਿੱਚ ਪਾਓ, ਜਿਸਦੀ ਪ੍ਰਾਪਤੀ ਕਰਨੀ, ਨਾਮ ਦੀ ਪ੍ਰਾਪਤੀ ਕਰਨੀ ਹੈ ਤੇ ਨਾਮ ਪਾਓ, ਵਾਹਿਗੁਰੂ 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 ਜਪੋ। ਜਿਵੇਂ ਉਸ ਨਲਕੇ ਦੇ ਵਿੱਚ ਵਾਲ ਹੈ, ਬੋਕੀ ਹੈ, ਹੱਥੀ ਹੈ, ਤੇ ਸਾਡੇ ਸਰੀਰ ਵਿੱਚ ਵੀ ਆ। ਕਹਿੰਦੇ ਭਾਈ ਜਿਵੇਂ ਜਿਵੇਂ ਵਾਹਿਗੁਰੂ ਜਪੋਗੇ ਤੇ ਇਹਦੇ ਜਿਹੜੇ ਹਵਾ ਰੂਪ ਫੁਰਨੇ ਹੈ ਉਹ ਬਾਹਰ ਨਿਕਲਣਗੇ, ਪਰ ਜਿਵੇਂ ਸਾਸ ਗਰਾਸ ਨਾਮ ਜਪਣ ਦਾ ਅਭਿਆਸ ਹੋਵੇਗਾ ਤੇ ਬਾਹਰਲੇ ਫੁਰਨੇ ਫਿਰ ਅੰਦਰ ਨਹੀਂ ਜਾਣਗੇ। ਤੇ ਜਪਦਿਆਂ 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 ਜਦੋਂ ਭਾਈ ਪਰਾ ਬਾਣੀ ਤੱਕ ਪਹੁੰਚ ਜਾਂਦਾ ਮਨੁੱਖ, ਇਹ ਚਾਰ ਅਵਸਥਾ ਦੱਸੀਆਂ ਸਾਧ ਸੰਗਤ ਜੀ ਦਾਸ ਨੇ।
होली दे संबंध विच कुछ बेनतियां करनियां हन। इस करके मैं बेनती करा, यह चार अवस्था ने, एक पैखरी बाणी है, एक मध्यमा है, ते जो अखीरली साध संग जी पसंती तो बाद परा बाणी है, जिहड़ी पैखरी है वह रसना दे नाल वाहिगुरु वाहिगुरु जपना है, ते जिहड़ी मध्यम है वह गले दे विच रसना बंद कर देनी पर अंदरों गला महसूस होना कि मैं नाम जप रहा है। ते फिर पसंती है जिहड़ी छाती दे विच नाम जपदी है, रसना ही बंद हो जाती है, सुरती जुड़ जाती है, ते फिर परा बाणी नाभी दे विच चली जाती है। साध संग जी उत्थे जो चली जाती है फिर वह अवस्था बन जाती गुरमुख रोम रोम हर त्यावै, रोम रोम दे विच परमात्मा का नाम सिमरन चलिया जाता है, ते फिर उहदा रंग वखरा हुंदा। उहदी बेनती बाद विच करदे आ। साध संग जी सतगुरु जी कहिंदे ऐसे प्रभु दे नाम नूं हे मेरे मना हिरदे दे नाल ध्याउणा कर, ता सर्व सुख पावै है मेरे मना। फिर कहिंदे एक सुख नहीं, सारे सुख प्राप्त हो जाणगे इस दुनिया दे वी, बल्कि जन्म मरण दा दुख मिट जाएगा, परलोक दे सुख भी मिल जाणगे। सतगुरु जी ने मोहर ला दित्ती, इहो लोक सुखीए परलोक सुहेले, नानक हर प्रभ आपे मिले। जाप मान सत नाम सदा सत नाम। हजूर फरमाउंदे हन अपने मन नूं प्रबोध के शुभ बनते उत्तम भगते ने सतगुरु जी, कहिंदे भाई जप मान सत नाम सदा सत नाम। सदा वास्ते कहिंदे भाई यह नहीं कि एक दिन नितनेम कर लिया हफ्ते बाद फिर कर लवांगे, संगरांद नूं गुरुद्वारे जावांगे फिर लोड़ नहीं, ऐ नहीं भाई। हजूर फरमाउंदे अनेक एक भाई जप मन हे मेरे मना जपना कर, किवें जपा महाराज? सतनाम सदा सतनाम, सदा वास्ते उह सच्चे नाम नूं अपने हिरदे दे विच सिमरिया कर। हालत पालत मुख उजल होई है। महाराज इहदे नाल की फल मिलेगा? हजूर फरमाते हैं कि भाई लोक ते परलोक उजला हो जाएगा। किवें उजला होगा महाराज? जिनी नाम त्याया गए मसकत काल, नानक ते मुख उजले केती छुट्टी नाल। कहिंदे भाई हालत पल दे विच तेरा ये जेड़ा मुख उजला हो जाएगा। नित त्याई है हर पुरख निरंजना। फिर पक्का करते हैं पर भाई उस जेड़ा माया कालख तो रहत परमेश्वर है, केवल उस वाहिगुरु नूं इको पुरख है, एका पुरख सबाई नार, असी सारे उस दियां जीव रूप स्त्रियां हां। उस प्रभु नूं कहिंदे भाई हमेशा वास्ते जपिया कर। साध संग जी मैं नाल बेनती भी करा, अज होली दा त्योहार है, होली दे त्योहार नाल बहुत कुछ खालसा पंथ दा जुड़िया होया। असल विच इह गरीबां दा त्योहार सी, जिवें जां उच जाति दे लोकां दे मुताबक उहनां दी बोली अनुसार कह लो कि इह शूदरां दा त्योहार सी, जिन्हां नूं नीच जाति वाले कहा जांदा सी। इह ते सतगुरु ने फिर बख्शियां कीतियां ना, उह की करदे सन गरीब विचारे, उहनां कोल ते धन दौलत नहीं सी कि महंगे महंगे रंग लिया के रंगां दी होली खेडण। उहदा भाई मिट्टी दे नाल गोहे दे नाल गारे दे नाल एक दूजे ते ए पा के गारा मिट्टी ते खेड लिया करदे सन। ते सतगुरु पातशाह दे पास गुरसिखां ने बेनती कीती, महाराज आप जी ने ए गरीब सिखां नूं जीउण दा ढंग दस्सिया है, ते आप जी कृपा करो होली बारे आप जी दा की हुक्म है? ते महाराज कहिंदे भाई कादी होली आ? कहिंदे जी रंगां दी होली, रंगां दी, बड़े रंग पाए जांदे ने, जिहड़े अमीर लोक ने उह गरीबां नूं चढ़ाउंदे ने, ते गरीबां कोल धन दौलत नहीं। महाराज कहिंदे भाई गुरबाणी ने सानूं होली तां दित्ती होई आ, असी ते होली खेडदे आ रोज। महाराज असी भी खेडदे आ? कहिंदे हां रोज खेडदे आ। हां कहिंदे तुसी कहिंदे आ तां तुहानूं प्रतीक दिखा देवांगे, पर होली कीनी संत सेव रंग लगा अत लाल देव। कहिंदे भाई साधु महात्मा दे अंदर तां परमात्मा दा रंग लगा होया है, किहो जिहा रंग लगा है?
महाराज कहते लाल रंग तिस को लगा जिसके वडभागा मैला कदे ना हो लागा दागा कहते एहो जा रंग है जिन्हू कदे दाग लगना ही नहीं आ होली दे रंग ते लै जाणगे ना कहते एहो जा रंग ते महाराज जिहड़े आ होली खेडदे ने भैड़े भैड़े रंग लिया के छिड़दे ने अखां च पांदे ने कई तरह के मसाले पांदे ने अखां रड़कदियां ने कई बार नुकसान भी हो जाता है ते सतगुरु पातशाह जी कहिंदे भाई मनमुख रंग कसुंभ है कचुआ ज्यों कुसुम रंग दा चार चागा कहिंदे जिवें कसुंभे दा रंग कच्चा हुंदा है ना यह मनमुखां दा रंग है ते महाराज सच्चे पातशाह जी यह मनमुखां दे ते गुरमुखां दा किहड़ा है ते महाराज सच्चे पातशाह जी फरमाउंदे हन कि भाई गुरमुखां दा रंग होर है काया कापर चीर बहु फारे हर रंग न लहै सुभागा कहिंदे भाई ऐसा रंग भाई नंद लाल नूं पुछिया भाई नंद लाल तू कलगीधर पातशाह दी कदे होली देखी आ ते भाई नंद लाल होर रंग विच उतर गया कहिंदे मैं ते देखी आ इस धरती ते देखी आ आनंदपुर साहब दी धरती ते ही कहिंदे मैं कलगीधर पातशाह दी होली देखी आ कहिंदे नंद लाल सानू भी दस क्यों जी होली खेडदे सी महाराज ते ओह फरमाउंदा ओह कहिंदा भी जिहड़े सदियां तो गुलामी दियां जजीरां विच जकड़े ते मुरझाए हुए चेहरे सी ना जिन्हां दे उपर कदे लाल रंग वेखिया ही नहीं सी उहनां लखां मजलूमां नूं गरीबां नूं लताड़िया होयां नूं नीच कहे जाण वालियां नूं महाराज सच्चे पातशाह जी ने इस धरती ते सद के इहो जिहा रंग चाढ़ दिता कहिंदे भाई जदों खंडे बाटे दा छकाया अमृत ते पहला लाल रंग दा नजारा दिखाया पंजां दे लए सिर सिर लै के महाराज सच्चे पातशाह ने धड़तो कीते वखरे ते फिर उहनां नूं जोड़िया ते खंडे बाटे दा अमृत छकाया ते जिन्हां ने अमृत छक लिया ते उह बिना सिर तों लड़े कलियां धड़ां लड़दियां वेखियां गईयां उह देगियां विच उबले चरखड़ियां ते चढ़े आरिआं नाल चीर दित्ते गए पर रंग नहीं लथा केवल गुरु की बाणी केवल लिख नहीं दित्ती गई इह ते धुर की बाणी आई तिन सगली चिंत मिटाई ते महाराज सच्चे पातशाह जी दे उहनां गुरु के प्यारां दी रोज़ याद करदे आ ना भाई शाहबेज सिंह शाहबाज सिंह जिहड़े चरखड़ियां ते चढ़ के एक गूढ़े लाल रंग दे नाल चार चार इंच दे किल छाती वाले पासे भी कमर वाले पासे भी धसदे ने शरीर विच पर गुरु के सिख लाल रंग विच रंगे होए ने उह रंग फिका नहीं पिया भाई नंद लाल कहिंदा मैं तां उह रंग रंग भी देखिया मैं कलगीधर पातशाह दा उह रंग देखिया जिहड़ा गरीबां दे उपर महाराज सच्चे पातशाह ने चाढ़ के बहुत वड्डा एक परउपकार कर दिता ते कहिंदे जिहड़े तूं कदे होली दे रंग भी वेखे कहिंदे हां सतगुरु कलगीधर पातशाह जी नूं गुरसिखां ने बेनती कीती महाराज आप जी कृपा करो आप जी भी होली दा सानू रंग विखाओ महाराज कहिंदे भाई होली की तुहानूं होला दिखाउणे होला अज दा निहंग सिंह जथेबंदियां महला कढ़दियां ना होला महला ते महाराज सच्चे पातशाह जी ने कहा कि तुहानूं रंग दिखाउणे आ जिवें सारी गुरु की बाणी मिठी है ना बाणी मीठी अमृत धार जिन पीती ते समोख द्वार कहिंदे बाणी तां मिठी सी पर जदों खंडे बाटे दा अमृत तैयार कीता ना ते माता साहिब देवां ने उहदे विच पतासे पा दित्ते ते पतासियां नाल होर मिठा हो गया कम जिन्हां नूं हले गुरबाणी दी मिठास नहीं सी ना आई उहनां नूं दिखा दित्ता कि बाणी इन्नी मिठी है ते जदों ਇਹ ਅੰਮ੍ਰਿਤ ਛੱਕ ਕੇ ਗੁਰੂ ਕੇ ਪਿਆਰਿਆਂ ਨੇ ਇਸ ਮਿੱਠੀ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਭਾਈ ਉਹਨਾਂ ਨੂੰ ਕਿਹੋ ਜਿਹਾ ਰੰਗ ਚੜ ਗਿਆ ਤੇ ਫਿਰ ਉਹ ਆਪਣੀ ਰਸਨਾ ਨੂੰ ਕਹਿੰਦੇ ਨੇ ਕਿ ਦੁਨੀਆਂ ਦੇ ਰੰਗ ਦੁਨੀਆਂ ਦੇ ਰਾਸ ਦੁਨੀਆਂ ਦੀ ਮਿਠਾਸ ਗੁਰਬਾਣੀ ਦੇ ਸਾਹਮਣੇ ਫਿੱਕੀ ਹੈ ਆਣ ਰਸਾ ਜਿੱਥੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਏ ਰਹਿ ਬਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਹੈ ਮੇਰੀ ਰਸਨਾ ਜੇ ਤੇ ਤੂੰ ਕਿਤੇ ਅੰਮ੍ਰਿਤ ਰਸ ਨੂੰ ਚੱਖ ਲਵੇਂ
तेरी तृप्ति हो जावे। महाराज कहिंदे बाणी भी मिठी सी, भाई नंद लाल जी कहिंदे बाणी भी तां मिठी सी ना, ते अमृत दे विच पतासे पाए गए तां कि अमृत छकण सार पता लग जाए कि इस बाणी दी मिठास किहो जी आ। कहिंदे लो भाई असल विच तां रंग गुरु के सिखां नूं जिहड़ा रंग चढ़दा ना लाल रंग तिस को लगा तिसके वडभागा, वह रंग ते चढ़दा बाणी पढ़ के ते, पर आओ गुलाल दे नाल तुहानूं दिखा दिंदे वी रंग हुंदा किहो जिहा। असल विच इह गुलाल रंग अंदरला रंग नहीं है, पर तुहानूं दस दिंदे आ, तुहानूं उहदा नजारा दिखा दिंदे आ। पर साध संगत जी भाई नंद लाल जी बसमाद ने कि जिहड़ी होली कलगी धर्मारा सच्चे पातशाह जी ने आप खेडी, उन्होंने इस जहान का नहीं दो जहान का रंग चाड़ दिता, लोक ते प्रलोक का रंग चाड़ दिता। ते सतगुरु पातशाह जी दे दर ते उन्होंने फरमाया कि भाई जिहड़ी कलगी धर पातशाह दे दर ते संगत कट्ठी हुई, महाराज ने दो हिस्सों में गुरु की लाडलियां फौजां नूं कीता ते जंग दे जोर दिखाउण वास्ते महाराज सच्चे पातशाह जी एक पासे, क्यों लाखेड़ दे सिंह प्रातन सिंह भाई यह करतब सी युद्ध दे, पता लगता सी कि केड़ा किन्ने क पानी चा, किनू किन्नी शास्त्र विद्या आउंदी है, किन्ने दा जानदा है, कित्थों तक युद्ध लड़ सकदा है। जे किसे विच कमी हुंदी सी ते दूर कर लैंदा सी, जे किसे दल विच कमी आउंदी सी तां उहदा जथेदार उस दल दीआं कमियां नूं दूर कर लैंदा सी। असल विच इह अभ्यास सी युद्ध दा, सतगुरु पातशाह जी ने कृपा कीती ते भाई भाई नंद लाल नूं जदों पुछिआ ना ते उहनां कहा कि गुलगोली बाबाग कहिंदे जिहड़ी फुल्लां दी होली खेडी ना गुरु गोबिंद सिंह महाराज ने, कहिंदे आ दुनिया दे बाग नूं बाबाग, एक बाग तां हुंदा ना आ जिहड़ा फुल्लां दा जां दरख्तां दा फलां दा, कहिंदे दाहरबू दर्द, कहिंदे इहदे विच महाराज सच्चे पातशाह जी ने ऐसी कृपा कर दित्ती, ऐसी खुशबू भर दित्ती। ये संगत विच गुर संगत कीनी खालसा मनमुखी दुहेला, सतगुरु पातशाह जी ने एहो जी कृपा कर दित्ती ते इस कृपा दे विचों महाराज सच्चे पातशाह जी नूं भाई नंद लाल नूं पुछदे ने। असल विच भाई नंद लाल कहिंदा जे तुसीं मैनूं पुछो ना कि आ जिहड़ी, क्योंकि होली आउंदी बसंत रुत्त दे विच, ते कहिंदे आ बसंत रुत्त दे विच जिन्ने दुनिया दे विच फुल खिड़दे आ, जिन्नियां पंखड़ियां निकलदियां आ, जिन्नियां कलियां दे विचों खुशबू उठदी है, कहिंदे कित्थों आउंदी आ, ते उह कहिंदे जे तुसीं मैनूं पुछोगे ना इह खुशबू कित्थों आउंदी है, उह कहिंदे लब चों गुंचा राब रखंदा खूह दर्द। कहिंदे जदों बुल कलगी धर पातशाही दे लाल सुरख बुल महाराज सच्चे पातशाही दे अमृत दे भिजे होए बोलदे आ ना, बोलण लई खुलदे आ, उहनां तों शक्ति लै के दुनिया दा बाग खिलदा। धन भाई नंद लाल जी, उन्हां दी सुरती वेखो कित्थे आ, कहिंदे तां इह दुनिया दे बागां दे विचों खुशबू आउंदी है, तां कलियां खिलदियां है, तां इत्थे गुलाब खिलदा है, गेंदा खिलदा है। उह पहलां कलगी धर पातशाही दे मुखार बिंद दे मुख तों जदों बुल खुलदे ने ते कलियां अपना तां आप आप खोलदियां, कहिंदे इहो जिहा नजारा मैं आप वेख्या है। तां सतगुरु पातशाह जी ने कहिंदे भाई नंद लाल जी इत्थे तां पचकारियां मार के एक दूसरे ते रंग पाउंदे ने, कहिंदे तुहानूं दसीए कि कलगी धर पातशाह जी ने भी ऐसी एक हैरान करन देण वाली पचकारी मारी, फिर उत्थे आउंदे ने जदों खालसा पंथ साजिया सी, कहिंदे कलगी धर पातशाह जी ने भी पचकारी मारी एक, यह पचकारी वापुर या फरानी आ, फरान कहिंदे आ हैरानगी नूं। कहिंदे महाराज सच्चे पातशाह जी ने एक ऐसी पचकारी भर के गुरु की संगत दे उप ऐसी महाराज सच्चे पातशाह जी ने कृपा कर दिती कि हर बेरंग जिन्हां दे उपर कदे आजादी का रंग नहीं चढ़िया सी, जिहड़े आजादी दे नाल नाम भी नहीं जप सकते सी, प्रभु भगती नहीं सी कर सकते, सदियां तो मुरझाए हुए सन, महाराज सच्चे पातशाह जी कहिंदे ने भाई नंद लाल जी कि हर बेरंग वाह खुशबू रंग करद, कहिंदे उन्होंने ऐसे खुशियां दे रंग भर दिते ते फिर गुरु का खालसा कला कला भी भाई गरचा सिंह भाई बोता सिंह वर्गे सिंह कल्ले ही राज निशान दे निशान गड़ के
ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਨੇ। ਸਾਧ ਸਿੰਘ ਜੀ ਇਕੱਲੇ ਇਕੱਲੇ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਇਹ ਦੱਸ ਦਿੱਤਾ ਕਿ ਅਸਲ ਵਿੱਚ ਹੋਲੀ ਹੈ ਕੀ ਆ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਭਾਈ ਸਤਿਗੁਰੂ ਨੇ ਜਦੋਂ ਉਹ ਕਹਿੰਦੇ ਵੀ ਇਹ ਰੰਗ ਤਾਂ ਜਦੋਂ ਚੜ੍ਹਦਾ ਹੈ ਬੜਾ ਸੋਹਣਾ ਲੱਗਦਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਇੱਕ ਸਮਾਂ ਐਸਾ ਵੀ ਆਇਆ ਕਿ ਇਸ ਗਲਾਲ ਦੇ ਵਿੱਚ ਸਜੇ ਹੋਏ ਖਾਲਸੇ ਦਾ ਜਾਹੋ ਜਲਾਲ ਵੇਖਿਆ ਤੇ ਭਾਈ ਸੁਥਰਾ ਕਾਲੇ ਕੱਪੜੇ ਪਹਿਨੇ ਕਾਲਾ ਮੂੰਹ ਕਰ ਲਿਆ ਤੇ ਗੁਰੂ ਸਾਹਿਬ ਦੇ ਦੀਵਾਨ ਦੀਆਂ ਦੂਰੋਂ ਦੂਰੋਂ ਪ੍ਰਕਰਮਾ ਕਰਦਾ। ਸ਼ਿਕਾਇਤ ਕਰ ਦਿੱਤੀ, ਮਹਾਰਾਜ ਆ ਸੁਥਰਾ ਭਾਈ ਕੀ ਕਰਦਾ ਹੈ, ਅੱਜ ਖਾਲਸੇ ਦਾ ਦਿਹਾੜਾ, ਇਹਨਾਂ ਜਾਹੋ ਜਲਾਲ ਤੇ ਇਸਨੇ ਕਾਲੇ ਵਸਤਰ ਕਾਲਾ ਮੂੰਹ ਕੀਤਾ। ਕਹਿੰਦੇ ਪੁੱਛੋ ਮਹਾਰਾਜ ਇਹਨੂੰ, ਸੱਦਿਆ ਭਾਈ ਸੁਥਰੇ ਨੂੰ ਤੇ ਭਾਈ ਸੁਥਰਾ ਕਹਿੰਦਾ ਮਹਾਰਾਜ ਅੱਜ ਮੈਂ ਇੰਨਾ ਪ੍ਰਸੰਨ ਹੈ ਕਿ ਖਾਲਸੇ ਦਾ ਜਾਹੋ ਜਲਾਲ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਮੇਰੇ ਕੋਲੋਂ ਤੱਕਿਆ ਹੀ ਨਹੀਂ ਜਾਂਦਾ, ਇੰਨਾ ਮੈਂ ਧਨ ਹੋ ਗਿਆ। ਤੇ ਮਹਾਰਾਜ ਇੱਥੇ ਔਰੰਗਜ਼ੇਬ ਦੀ CID, ਇੱਥੇ 22 ਧਾਰੀਆਂ ਦੀ CID, ਬੜੇ ਤਰ੍ਹਾਂ ਦੇ ਰੰਗ ਦੇਖਣ ਵਾਸਤੇ ਆਏ ਹੋਣਗੇ ਤੇ ਮੈਂ ਤਾਂ ਇਸ ਵਾਸਤੇ ਮੂੰਹ ਕਾਲਾ ਕਰਕੇ ਆਇਆ, ਕਾਲੇ ਵਸਤਰ ਪਹਿਣ ਕੇ ਆਇਆ, ਕਿਹਾ ਤੇਰੇ ਖਾਲਸੇ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ, ਨਜ਼ਰ ਵੱਟੂ ਬਣ ਕੇ ਆਇਆ। ਮੈਂ ਇੱਕ ਟਾਸਕ ਕੀਤੀ ਸੀ ਉਹਨਾਂ ਲੋਕਾਂ ਤੇ, ਸਾਧ ਸੰਗਤ ਜਿਹੜੇ ਖਾਲਸੇ ਨੂੰ ਮਖੌਲ ਕਰਦੇ ਸੀ, ਮਜ਼ਾਕ ਕਰਦੇ ਸੀ, ਉਹਨਾਂ ਨੂੰ ਇੱਕ ਟਾਸਕ ਕੀਤੀ ਸੀ ਭਾਈ ਸਾਹਿਬ ਨੇ। ਸੋ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਭਾਈ ਨੰਦ ਲਾਲ ਜੀ ਕਹਿੰਦੇ ਕਿ ਭਾਈ ਐਸਾ ਵੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਈ, ਦੁਆਲ ਮੰਗਸਤ ਰੰਗੀ ਆਤ ਫਰੰਗ। ਕਹਿੰਦੇ ਭਾਈ ਇਹ ਜਿਹੜਾ ਰੰਗ ਚਾੜਿਆ ਨਾ ਮਹਾਰਾਜ ਨੇ ਹੋਲੀ ਦਾ, ਇਹ ਇੱਕ ਦੁਨੀਆ ਦਾ ਨਹੀਂ, ਇਹਨੇ ਲੋਕ ਤੇ ਪ੍ਰਲੋਕ ਰੰਗੀਨ ਬਣਾ ਦਿੱਤਾ ਸਾਡਾ, ਐਸੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿੰਦੇ ਉਹਦੇ ਮੁਬਾਰਕ ਹਸਤਕਲ ਕਮਲਾਂ ਤੋਂ ਜਿਹੜੀ ਇਹ ਰੰਗ ਦੀ ਪਚਕਾਰੀ ਖਾਲਸੇ ਤੇ ਪਈ, ਜਿਹੜੀ ਇਹਦੀ ਤਿੱਖੀ ਤੇਗ ਦੇ ਨਾਲ ਪਈ, ਉਹਦੇ ਨਾਲ ਕਹਿੰਦੇ ਐਸਾ ਖਾਲਸੇ ਨੂੰ ਰੰਗ ਚੜ ਗਿਆ। ਸਾਧ ਸਿੰਘ ਜੀ ਅੱਜ ਢਿੱਲੀਆਂ ਜਿਹੀਆਂ ਗੱਲਾਂ ਵੀ ਚੱਲਦੀਆਂ ਵੀ ਉਹ ਖਾਲਸਾ ਨਹੀਂ ਰਿਹਾ, ਅੱਜ ਉਸ ਖਾਲਸੇ ਦਾ ਜਾਹੋ ਜਲਾਲ ਨਹੀਂ ਰਿਹਾ। ਕਿਉਂ ਨਹੀਂ ਰਿਹਾ ਭਾਈ? ਤੁਸੀਂ ਤਾਂ ਇਸ ਸਦੀ ਵਿੱਚ ਵੇਖਿਆ, ਆਪਾਂ ਸਾਧ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਵੇਖਿਆ ਆਪਣੀਆਂ ਅੱਖਾਂ ਨਾਲ, ਇਤਿਹਾਸ ਸੁਣਿਆ ਨਾ, ਆਪਾਂ ਬਾਬਾ ਬਘੇਲ ਸਿੰਘ ਨਹੀਂ ਵੇਖਿਆ, ਆਪਾਂ ਜੱਸਾ ਸਿੰਘ ਬਾਬਾ ਨਹੀਂ ਵੇਖਿਆ, ਪਰ ਆਪਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤਾਂ ਵੇਖਿਆ ਨਾ। ਸਤਿਗੁਰੂ ਪਾਤਸ਼ਾਹ ਤੇ ਆਪ ਤੇ ਸਮਰੱਥ ਹੈ ਹੀ ਨੇ, ਇਹ ਚ ਕੋਈ ਸ਼ੱਕ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਚਾਹੁਣ ਉਹ ਕਰਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਆਪ ਲਿਖਦੇ ਨੇ ਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਜਾਣਦੇ ਨੇ ਕਿਹੜਾ ਚੰਗਾ ਹੈ, ਕਿਹੜਾ ਬੁਰਾ ਹੈ, ਕਿਹਦੇ ਵਿੱਚ ਕਿਹੋ ਜੀ ਮਨਸਾ, ਕਿਹੋ ਜੀ ਅੱਛਾ ਹੈ, ਕੌਣ ਦੁਸ਼ਮਣ ਹੈ, ਕੌਣ ਸੱਜਣ ਹੈ, ਸਤਿਗੁਰੂ ਨੂੰ ਭੁੱਲ ਥੋੜੀ ਕੋਈ। ਤੇ ਜਦੋਂ ਆਨੰਦ ਲਾਲ ਕਹਿੰਦਾ, ਜਦੋਂ ਸਤਿਗੁਰੂ ਨੂੰ ਪੁੱਛਿਆ ਨਾ ਕਿ ਮਹਾਰਾਜ ਇਹ ਸ਼ਕਤੀ ਵਰਤ ਜਾਂਦੀ ਹੈ, ਮਹਾਰਾਜ ਕਹਿੰਦੇ ਮੁਸਕਰਾਏ ਮਹਾਰਾਜ, ਕਹਿੰਦੇ ਇਹ ਤਾਂ ਮੇਰੇ ਖਾਲਸੇ ਵਿੱਚ ਵੀ ਵਰਤ ਜਾਂਦੀ ਹੈ, ਇਹ ਗੁਰੂ ਕੇ ਸਿੰਘਾਂ ਵਿੱਚ ਵੀ ਵਰਤ ਜਾਂਦੀ ਹੈ। ਤੇ ਫਿਰ ਸਵਈਆ ਲਿਖਿਆ ਮਹਾਰਾਜ ਨੇ, ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਸਵਈਆ, ਕਹਿੰਦੇ ਜਿਸ ਕੇ ਹੱਥ ਧਰੇ ਹੋ ਗੁਰਪੂਰਾ, ਸੋ ਜਾਣਤ ਹੈ ਸਭ ਕੇ ਘਟਕੀ। ਕਹਿੰਦਾ ਜਿਹਦੇ ਉੱਪਰ ਗੁਰੂ ਸੂਰਮਾ ਆਪ ਹੱਥ ਰੱਖਦੇ ਵੇ ਕਿਰਪਾ ਭਰਿਆ, ਉਹ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ, ਆਪਣੀ ਤਾਂ ਜਾਣਦਾ ਹੀ ਹੈ, ਕਹਿੰਦੇ ਉਹ ਸਭ ਦੀ ਜਾਣਦਾ, ਕੌਣ ਮਿੱਤਰ ਹੈ, ਕੌਣ ਦੁਸ਼ਮਣ ਹੈ, ਕੌਣ ਕੀ ਸੋਚ ਰਿਹਾ, ਕੌਣ ਕਿਹੜੀਆਂ ਕੂਟਨੀਤੀਆਂ ਦੇ ਨਾਲ ਸਾਜ਼ਿਸ਼ਾਂ ਘੜ ਰਿਹਾ, ਜਾਣਦਾ ਸੀ ਇਹ ਬਾਬਾ ਜਰਨੈਲ ਸਿੰਘ ਖਾਲਸਾ, ਇਹਨਾਂ ਗੱਲਾਂ ਨੂੰ ਜਾਣਦਾ ਸੀ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਉਹਨਾਂ ਦੇ ਅੰਦਰ ਅੰਤਰ ਗਿਆਨ ਪ੍ਰਗਾਸ ਭਇਓ ਹੈ, ਉਹਨਾਂ ਦੇ ਅੰਦਰ ਪ੍ਰਭੂ ਪ੍ਰੀਤ ਦਾ ਗਿਆਨ ਪ੍ਰਗਟ ਹੋ ਗਿਆ। ਤੋਰ ਦੀ ਉਹ ਭਰਮ ਕੀ ਮਟਕੀ, ਕਹਿੰਦੇ ਜਿਹੜੀ ਭਰਮ ਦੀ ਮਟਕੀ ਸੀ ਭੰਨ ਦਿੱਤੀ ਉਹਨਾਂ ਨੇ, ਆਤਮਚੀਨ ਪ੍ਰਾਤਮ ਚੀਨਿਓ, ਕਹਿੰਦੇ ਉਹਨਾਂ ਨੇ ਆਪਣੀ ਆਤਮਾ ਨੂੰ ਪ੍ਰਬੋਧ ਕੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ। ਤੇ ਫਿਰ ਰਾਮ ਸ਼ਿਆਮ ਮੈਂ ਆਤਮੇ ਅਟਕੀ, ਕਹਿੰਦੇ ਉਹਨਾਂ ਦੀ ਸੁਰਤ ਹੈ ਜਿਹੜੀ ਨਾ ਉਹ ਪ੍ਰਭੂ ਦੇ ਨਾਮ ਦੇ ਵਿੱਚ ਅਟਕੀ ਹੋਈ ਹੈ, ਇਹੋ ਜਿਹੇ ਗੁਰੂ ਕੇ ਪਿਆਰੇ ਹਨ। ਸੋ ਭਾਈ ਅੱਜ ਹੋਲੀ ਦਾ, ਹੋਲੇ ਮਹੱਲੇ ਦਾ ਤਿਉਹਾਰ ਹੈ, ਮਤਾ ਸਮਝੋ। ਅੱਜ ਤੇ ਤੁਸੀਂ ਦੇਖੋ ਦੁਨੀਆਂ ਵੱਲ, ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਦਸਤਾਰ, ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ,
केवल हिंदुस्तान विच नहीं दुनिया च नजर मार के देखो बहुत सारे डेमोक्रेटिक देशों दे विच पार्लीमेंट मैंबर बने हुए ने गुरु के सिख जिन्होंने दुमाले सजाए हुए ने साध संघ जी मंत्री बने हुए ने डिफेंस मंत्री बने हुए ने विदेशों दे विच ये जाहो जलाल खालसे का वधदा जाना घटना नहीं है ठीक है कई बार बहुत संकीर्ण सोच दे नाल इस देश की गौरमेंट कुछ होर सोचती है पर कलगीधर पातशाह की सोच नूं साध संघ जी कोई धुंधला थोड़ी कर सकता कोई दबा सकता नहीं महाराज सच्चे पातशाह जी ने हुक्म किया प्रगटियो खालसा परमात्मा की मौज ये परमात्मा की मौज नाल खालसा प्रगट किया महाराज ने इस वास्ते इहदी दुनिया दे विच चढ़दी कला नूं कोई रोक नहीं सकता पर आपा खालसे बनो साध संघ जी जदों अज दुनिया शर्मिंदा हो जाती है किस गल तो अज नेट दा युग है मैं नौजवानों नूं बेनती करूं तुसीं नेट ते सर्च करो कि दुनिया का सब तो चंगा राजनीतिक लीडर कौन होया सर्च करो ते उहदे सामने आएगा महाराजा रणजीत सिंह साध संगत वो कौन सी वो बादशाह गुरु का सिख ते जे तुसीं दुनिया का जनरल चंगा सर्च करोगे तो वह हरि सिंह नलूआ आएगा साध संघ जी ये तुहाडियां मल्लां ने कलगीधर पातशाह की दया कृपा है इस वास्ते इस होले मल्ले दे त्यौहार तो केवल रंगा तक सीमित ना रह जाओ ते इन्हां रंगा नूं नफरत ना करो इथों आपां कुछ लैके जाना है इथों कलगीधर पातशाह की सिखी लैके जानी है ते सतगुरु दे दर ते अरदास बेनती करनी महाराज इस खालसे विच एकता इतफाक बख्शो चढ़दी कला बख्शो सानू उन्हां जरनैलां वाले गुण बख्शो उन्हां महापुरखां वाली शक्ति बख्शो साचे साहिबा क्या नाहीं घर तेरे उहदे दर ते घर ते तां सब कुछ मौजूद है भाई सतगुरु पातशाह जी कृपा कर दिंदे हन इस वास्ते होले दे मोहल्ले दे इस जिथे आपां पुरब ते पहुंचे हैं उत्थे जिन्हां ने हल तक खंडे बाटे दा अमृत नहीं छकिया वह भाई अमृत छक के तैयार बर तैयार रहो कलगीधर पातशाह दे पुत्र पुत्रियां तां बनो ते आपां ते हले महाराज दे घर दे दर दे अंदर दाखला ही नहीं लिया किवें कृपा दे पात्र बणांगे इस वास्ते गुरु खालसे दे विच इस परिवार दे विच पहले शामिल होवो ते फिर महाराज सच्चे पातशाह जी साडे लई अरदास करदे साडे लई सतगुरु पातशाह जी ने किते अपने परिवार लई ते अरदास किते लिखत विच नहीं आउंदी भाई उदां ते भावें सतगुरु पातशाह दा परिवार इक्को ही सी ना उह वी परिवार दे मैंबर सन ते पर आ जिहड़ा खालसा सजिया ना इनू महाराज कहिंदे सुखी बसै मोरो परिवारा सेवक सिख सभा करतारा आ मेरे सेवक सिख गुरु का खालसा मेरा परिवार हमेशा चढ़दी कला विच रहे इहो जिहा गुरु कोई हो सकदा इस वास्ते उस गुरु दे पुत्तर बनो आओ धन गुरु रामदास महाराज सच्चे पातशाह जी रहाओ दे द्वारा यह फरमा रहे ने कि भाई ऐसे प्रभु नूं निता परती हिरदे दे नाल चित जोड़ के दोवें हाथ जोड़ के श्रद्धा ते भावना रख के सतगुरु नूं आराधना चाहीदा जिहड़ा भाई अज मन दे विच एवें मनमुख मन दे विच तर्कां पैदा हो जांदियां कि वाहिगुरू नूं सिमरन की कोई लोड़ नहीं क्यों नहीं लोड़ भाई महाराज सच्चे पातशाह जी तां बार बार कहिंदे ने कि भाई उस परमात्मा नूं सिमरो उसनूं सिमरन की जरूरत है सिमरांगे तां साडा अंतर आत्मा शुद्ध होवेगा सतगुरु ने एक बार नहीं बार बार कहा उचरो राम नाम लख वारी लखां वारी उचरिया करो भाई वाहिगुरु दे नाम नूं इस वास्ते कहिंदे भाई निता परती उस प्रभु पुरख नूं जिहड़ा माया कलख तो रहत अकाल पुरख वाहिगुरु है उस दी आराधना करिया करो रहाओ जह हर सिमरन पया तह उपाध गत कीने आओ दे के सतगुरु जी ने फरमाया हुण कहिंदे महाराज की लाभ होवेगा जे निता परती वाहिगुरु 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 जपदे भी रहांगे उहदा लाभ की होएगा सारे जपियो भाई गज के जपियो एक बारी वाहिगुरु 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 जपो भाई गज के सारे बोलो वाहिगुरु 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 वाहिगुरु
ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਭਾਈ ਜੇ ਹਰ ਸਿਮਰਨ ਪਾਇਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰ ਲਿਆ, ਜਿਨ੍ਹਾਂ ਨੇ ਵਾਹਿਗੁਰੂ ਨਾਮ ਦੀ ਭਗਤੀ ਕੀਤੀ, ਉਹਦੇ ਨਾਮ ਦੀ ਆਰਾਧਨਾ ਕੀਤੀ, ਤਹ ਉਪਾਦਗਤ ਕੀਨੇ। ਫਿਰ ਕਹਿੰਦੇ ਭਾਈ ਕੀ ਹੋਵੇਗਾ? ਫਿਰ ਕਹਿੰਦੇ ਜਿੰਨੀਆਂ ਉਪਾਧੀਆਂ ਨੇ, ਉਪਾਧੀਆਂ ਕੀ ਹੁੰਦੀਆਂ ਭਾਈ? ਸਭ ਤੋਂ ਪਹਿਲਾਂ ਮਨ ਦੇ ਮਾੜੇ ਫੁਰਨੇ, ਫਿਰ ਸਰੀਰ ਦੇ ਵਿੱਚ ਦੂਸਰਾ ਜਿਹੜੀ ਉਪਾਧੀ ਹੈ, ਕੋਈ ਕੈਂਸਰ ਹੋ ਜਾਣਾ, ਫੋੜਾ ਹੋ ਜਾਣਾ, ਸਰੀਰ ਨੂੰ ਕੋਈ ਰੋਗ ਲੱਗ ਜਾਣਾ, ਇਹ ਦੂਜੀ ਉਪਾਧੀ ਆ। ਤੀਜੀ ਉਪਾਧੀ ਕੀ ਆ? ਕਿਸੇ ਨਾਲ ਲੜ ਜਾਣਾ, ਵੱਡੇ ਕੱਟੇ ਜਾਣਾ, ਇਹ ਤੀਜੀ ਉਪਾਧੀ ਹੈ। ਤੇ ਸਾਧ ਸੰਗਤ ਚੌਥੀ ਉਪਾਧੀ ਜਿਹੜੀ ਹੈ ਨਾ, ਉਹ ਹੈ ਜਿਹੜਾ ਅੰਤ ਦੇ ਸਮੇਂ ਤੋਂ ਬਾਅਦ ਜਮਾਂ ਦਾ ਡੰਡ ਮਿਲਣਾ। ਮਹਾਰਾਜ ਕਹਿੰਦੇ ਸਾਰੀਆਂ ਇਹ ਚਾਰ ਹੀ ਉਪਾਧੀਆਂ ਜਿਹੜੀਆਂ ਆਦਿ ਵਿਆਧੀ ਤੇ ਉਪਾਧੀ ਜਿਹੜੀਆਂ ਮੰਨੀਆਂ ਗਈਆਂ ਨਾ, ਇਹ ਕਹਿੰਦੇ ਭਾਈ ਸਾਰੀਆਂ ਗਤ ਨਾਸ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਵੱਡ ਭਾਗੇ ਹਰ ਜਪਨਾ। ਇਸ ਕਰਕੇ ਜਿਨ੍ਹਾਂ ਨੇ ਵੀ ਨਾਮ ਜਪਿਆ ਵੱਡੇ ਭਾਗਾਂ ਵਾਲੇ ਬਣ ਜਾਣਗੇ, ਕੋਈ ਉਹਦੇ ਤੇ ਉਸਦੀ ਕਮਾਈ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ, ਕੋਈ ਲੁੱਟ ਨਹੀਂ ਸਕਦਾ। ਇਸ ਕਰਕੇ ਭਾਈ ਇਸ ਸੱਚੇ ਧਨ ਨੂੰ, ਸੱਚੇ ਨਾਮ ਨੂੰ ਇਕੱਤਰ ਕਰੀਏ। ਜਿਹੜਾ ਭਾਈ ਨਾਮ ਜਪੇਗਾ, ਸਤਿਗੁਰੂ ਪਾਤਸ਼ਾਹ ਜੀ ਉੱਤੇ ਮੋਹਰ ਲਾਉਂਦੇ ਨੇ ਕਿ ਉਹ ਵੱਡਿਆਂ ਭਾਗਾਂ ਵਾਲਾ ਹੋਵੇਗਾ। ਜਨ ਨਾਨਕ ਕਉ ਗੁਰ ਇਹ ਮਤ ਦੇਨੇ। ਇਹਨਾਂ ਨੂੰ ਭਾਈ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੋਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਇਹ ਮਤ ਮਿਲ ਗਈ, ਇਹ ਉਪਦੇਸ਼ ਮਿਲ ਗਿਆ। ਸਾਨੂੰ ਪਹਿਲਾਂ ਮਹਾਰਾਜ ਨੇ ਹੁਕਮ ਕਰ ਦਿੱਤਾ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਇਕੱਠੇ ਨਹੀਂ ਕਹਿੰਦੇ, ਆਪਦੇ ਮਨ ਦੀਆਂ ਫੁਰਨੇ ਛੱਡ ਦਿਓ, ਆਪਦੇ ਮਨ ਦੀਆਂ ਢੁੱਚਰਾਂ ਛੱਡ ਦਿਓ, ਇਹ ਮਨ ਨੂੰ ਪਾਸੇ ਰੱਖ ਲਓ। ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਕਹਿੰਦੇ ਭਾਈ ਗੁਰੂ ਕੀ ਮਤ ਲੈ ਤੂੰ। ਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਨ ਨਾਨਕ ਕੋ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇ ਦਰ ਤੋਂ ਇਹ ਸ੍ਰੇਸ਼ਟ ਮਤ ਉਪਦੇਸ਼ ਮਿਲ ਗਿਆ। ਜਪ ਹਰ ਭਵ ਜਲ ਤਰਨਾ। ਉਹਨਾਂ ਗੁਰਸਿੱਖਾਂ ਨੇ ਕਹਿੰਦੇ ਕਿ ਭਾਈ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਇਸ ਭਵਜਲ ਸੰਸਾਰ ਨੂੰ ਤਰ ਜਾਣਾ, ਪਾਰ ਕਰ ਜਾਣਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸ੍ਰੀ ਮੁਖ ਵਾਕ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸਾਧ ਸੰਗਤ ਜੀ, ਇਸ ਮਹਾਨ ਪਾਵਨ ਤਖ਼ਤ ਤੇ ਸੰਗਤਾਂ ਕਰਨ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ, ਇਸ ਤਖ਼ਤ ਦੀ ਮਰਜ਼ਾਦਾ ਨੂੰ, ਮਹੱਤਤਾ ਨੂੰ, ਵਿਸ਼ੇਸ਼ਤਾ ਨੂੰ ਸਮਝਣਾ ਚਾਹੀਦਾ ਕਿ ਇਸ ਤਖ਼ਤ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਪਣਾ ਰੂਪ ਦਿੱਤਾ, ਆਪਣਾ ਖਾਲਸਾ ਸਾਜਿਆ ਤੇ ਸਾਨੂੰ ਸੁਭ ਗੁਣ ਦੇ ਕੇ ਨਵਾਜਿਆ। ਇਸ ਕਰਕੇ ਇਸ ਤਖ਼ਤ ਤੇ ਪਹੁੰਚੇ ਹਾਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਦਰ ਦੇ ਨਾਲ ਜੋੜ ਲੈਣ। ਦਾਸ ਤੋਂ ਵਿਚਾਰਾਂ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ ਲਵੇ। ਦਾਸ ਧਨਵਾਦੀ ਹੈ ਸਿੰਘ ਸਾਹਿਬ ਗਿਆਨੀ ਭਾਈ ਰਘਵੀਰ ਸਿੰਘ ਜੀ ਦਾ, ਸਾਰੇ ਟਹਿਲੀਆਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ, ਸਾਰਿਆਂ ਦਾ ਦਾਸ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਦਾਸ ਨੂੰ ਸੰਗਤ ਦਾ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਇਸ ਮਹਾਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਪਾਤਸ਼ਾਹ ਜੀ ਇਸ ਹੋਲੇ ਦੇ ਰੰਗ ਨੂੰ ਸਾਡੇ ਮਨ ਤੇ ਚਾੜ ਦੇਣ, ਪਰਮਾਤਮਾ ਦੇ ਨਾਮ ਦਾ ਰੰਗ ਚਾੜ ਕੇ ਸਾਨੂੰ ਵੀ ਇਸ ਹੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਮਲ ਕਰ ਲੈਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਜਹ ਹਰ ਸਿਮਰਨ ਭਇਆ ਤਹ ਉਪਾਦਗਤ ਕੀਨੇ, ਵੱਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੇਨੇ, ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।